ਕਾਂਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀ ਸੰਗਤ ਨੂੰ ਮੇਰੇ ਵੱਲੋਂ ਜੈ ਭੀਮ ਜੈ ਗੁਰਦੇਵ। ਵਿਧਾਨ ਸਭਾ ਹਲਕਾ ਫਲੋਰ ਤੋਂ ਜਿੱਥੇ ਲੰਬੇ ਸਮੇਂ ਤੋਂ ਕੁਝ ਖਾਸ ਪਰਿਵਾਰਾਂ ਦੇ ਨਾਲ ਇਹ ਹਲਕਾ ਕਾਂਗਰਸ ਦੇ ਨਾਲ ਜੁੜਿਆ ਰਿਹਾ। ਉੱਥੇ ਪਿਛਲੀ ਜਿਹੜੀ ਚੋਣ ਲੰਘ ਕੇ ਗਈ 2017 ਦੇ ਵਿੱਚ ਉਦੋਂ ਵੀ ਕੁਝ ਕੁ ਵਿਅਕਤੀਆਂ ਦੇ ਵੱਲੋਂ ਆਪਣੀਆਂ ਦਾਵੇਦਾਰੀ ਪੇਸ਼ ਕੀਤੀਆਂ ਸੀਗੀਆਂ। ਐ ਉਹਨਾਂ ਨੂੰ ਪਾਰਟੀ ਦੇ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ। ਇਸ ਵਾਰ ਬڑے ਆਪਣੇ ਹੱਕ ਦੇ ਨਾਲ ਔਰ ਇਹ ਕਹਿਣਾ ਹੈ ਕਿ ਲੋਕਤੰਤਰ ਭਾਰਤ ਦੇ ਵਿੱਚ ਕੋਈ ਵੀ ਇਲੈਕਸ਼ਨ ਦੀ ਦਰਬਾਰੀ ਪੇਸ਼ ਕਰ ਸਕਦਾ ਕੋਈ ਵੀ ਇਲੈਕਸ਼ਨ ਲੜ ਸਕਦਾ ਜਿਵੇਂ ਵੋਟ ਪਾਉਣ ਦਾ ਅਧਿਕਾਰ ਹੈ ਇਵੇਂ ਹੀ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਹੈ ਤੇ ਵਿਧਾਨ ਸਭਾ ਹਲਕਾ ਫਲੋਰ ਤੋਂ ਸੋਮਦਤ ਸੋਮੀ ਜੀ ਜਿਨ੍ਹਾਂ ਨੇ ਕਾਂਗਰਸ ਦੇ ਵੱਲੋਂ ਆਪਣੀ ਦਾਅਵੇਦਾਰੀ ਆਪਣੀ ਹਾਈ ਕਮਾਂਡ ਦੇ ਕੋਲ ਪੇਸ਼ ਕੀਤੀ ਆ ਕਿ ਮੈਂ ਵੀ ਐਮਐਲਏ ਬਣਾਂਗਾ ਤੇ ਸਵਾਗਤ ਕਰਦੇ ਆ ਜੀ ਜੈਪੀ ਮਜਗੁਰਦੇਵ ਕਾਂਸੀ ਟੀਵੀ ਦੇ ਕਾਂਸੀ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਨੂੰ ਮੇਰਾ ਜੈ ਗੁਰਦੇਵ ਜੈ ਭੀਮ ਜੈ ਭਾਰ ਜੀ ਕਿ ਕਿ ਕਣਾ ਚਾਹੂਗੇ ਜਿਵੇਂ ਪਤਾ ਲੱਗਾ ਕਿ ਕੱਲ ਤੁਸੀਂ ਵੀ ਕਾਂਗਰਸ ਦੀ ਹਾਈ ਕਮਾਂਡ ਦੇ ਕੋਲ ਆਪਣੀ ਦਾਵੇਦਾਰੀ ਪੇਸ਼ ਕੀਤੀ ਆ ਕਿ ਮੈਨੂੰ ਵੀ ਟਿਕਟ ਦਿਓ ਭਾਈ ਵੀ ਇਸ ਵਾਰ ਮੈਂ ਇਲੈਕਸ਼ਨ ਲੜਨੀ ਆ ਕੀ ਮਨਚ ਸੀ ਤੁਹਾਡੇ ਮਨਚ ਕੁਛ ਨਹੀਂ ਸਰਦਾਰ ਸਾਡੇ ਮਾਨ ਜੋ ਚੰਦੇ ਚੰਨੀ ਸਾਹਿਬ ਉਹਨਾਂ ਨੇ ਤੇ ਉਹਨਾਂ ਨੂੰ ਦੇਖ ਕੇ ਸਾਨੂੰ ਲੱਗਾ ਬੇਕਾਮ ਆਮ ਜਿਹੜਾ ਵਰਕਰ ਵੀ ਆ ਹਾਂ ਉਹ ਵੀ ਐਮਐਲਏ ਦਾ ਬਣਦਾ ਸੁਪਨਾ ਦੇਖ ਸਕਦਾ ਹੂੰ ਤੇ ਮੈਂ ਬਚਪਨ ਤੋਂ ਸਾਡੇ ਬਚਪਨ ਤੋਂ ਹੀ ਸਾਡੇ ਜਿਹੜੇ ਪਾਰਟੀ ਜਿਹੜੀ ਕਾਂਗਰਸੀ ਰਹੀ ਸਾਡੇ ਬਾਬਾ ਜੀ ਸੀ ਸਾਡੇ ਅ ਸ਼੍ਰੀ ਬ੍ਰਿਹਾਮਦਾ ਜੀ ਜੀ ਉਹਦਾ ਆਜ਼ਾਦੀ ਘੁਲਾਟੀ ਰਹੇ ਜੀ ਵਾਹ ਜੀ ਵਾਹ ਉਹਨਾਂ ਨੂੰ ਪੈਨਸ਼ਨ ਵੀ ਲੱਗਦੀ ਲੱਗਦੀ ਸੀ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦੇ ਲਈ ਦੇਖ ਕੇ ਸਾਡੇ ਸਾਰੇ ਬਜ਼ੁਰਗ ਕਾਂਗਰਸੀ ਸੀਗੇ ਉਸੇ ਵਾਰ ਹੁਣ 2002 ਦੇ ਵਿੱਚ ਮੈਂ ਇਲੈਕਸ਼ਨ ਲੜੀ ਸੀ ਇੱਕ ਆਜ਼ਾਦ ਸਰਪੰਚੀ ਦੀ ਉਸ ਤੋਂ ਬਾਅਦ ਫਿਰ 2003 ਤੋਂ ਮੈਂ ਬਲਾਗਸਾਂਦੀ ਮੈਂਬਰ ਬਣਿਆ ਕਾਂਗਰਸ ਦਾ 908 ਬੋਟਾਂ ਨਾਲ ਜਿੱਤਿਆ ਸੀ ਉਸ ਟਾਈਮ ਇਹਨਾਂ ਦੇ ਸਹਾਰੇ ਤੇ ਆਪਣਾ ਕਾਂਗਰਸ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਿਆ ਸੀ ਜੀ 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 ਤੇ ਤੁਸੀਂ ਸਰਪੰਚੀ ਦੀ ਇਲੈਕਸ਼ਨ ਵੀ ਲੜੀ ਸੀ ਹਾਂ ਸਰਪੰਚੀ ਇਲੈਕਸ਼ਨ ਆ ਜੀ ਮੈਂ 2002 ਚ ਵੀ ਲੜੀ 2000 ਹੁਣ ਵੀ ਜਦੋਂ 2013 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਉਸ ਟਾਈਮ ਇਲੈਕਸ਼ਨ ਲੜਿਆ ਸੀਗਾ ਉਸ ਟਾਈਮ ਕੋਈ ਖੜਦਾ ਨਹੀਂ ਸੀਗਾ ਹੂੰ ਤੇ ਜਾਨੀ ਜੇ ਤੁਸੀਂ ਉਤਸ਼ਾਹਿਤ ਹੋਏ ਹੋ ਕਿ ਜਿਵੇਂ ਪੰਜਾਬ ਦੇ ਵਿੱਚ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਇੱਕ ਸਧਾਰਨ ਪਰਿਵਾਰਾਂ ਦੇ ਵਿੱਚੋਂ ਉਹਨਾਂ ਨੂੰ ਜੇ ਮੁੱਖ ਮੰਤਰੀ ਬਣਾਇਆ ਜਾ ਸਕਦਾ ਤੇ ਸਾਨੂੰ ਐਮਐਲਏ ਬਣਨ ਦੇ ਲਈ ਕੋਈ ਏਡੀ ਔਖੀ ਗੱਲ ਨਹੀਂ ਹੈ ਤਾਂ ਕਿ ਚੰਨੀ ਦਾ ਸਾਥ ਦਿੱਤਾ ਜਾ ਸੀ ਬਿਲਕੁਲ ਜੀ ਬਿਲਕੁਲ ਸਰ ਦੇ ਸਰਦਾਰ ਚੰਨੀ ਜੀ ਜਿੱਦਾਂ ਬਣੇ ਆ ਕੋਦੇ ਸੋਚਿਆ ਵੀ ਨਹੀਂ ਸੀਗਾ ਕੋਈ ਐਮਐਲਏ ਸਾਡੇ ਮੁੱਖ ਮੰਤਰੀ ਬਣਨਗੇ ਇਹ ਸਾਰਾ ਇਹਦਾ ਜਿਹੜਾ ਸ਼ਰੇਆ ਸਾਡਾ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਬਾੜਦਰ ਨੂੰ ਜਾਂਦਾ ਜੀ ਕਿਉਂਕਿ ਉਹ ਜਿਹੜੇ ਸਾਡੇ ਮੇਨ ਜਿਹੜੇ ਸਾਡੇ ਗਰੀਬਾਂ ਵਿੱਚੋਂ ਆ ਐਸਸੀ ਸਮਾਜ ਨੂੰ ਬੜੇ ਲਾਇਕ ਕਰਦੇ ਆ ਉਹਨਾਂ ਨੇ ਇਹ ਇੱਕ ਏਮ ਬਣਾਇਆ ਵੀ ਜਿਹੜਾ ਜਿਹੜਾ ਸਮਾਜ ਆ ਛੋਟਾ ਜਿਹੜਾ ਅਨੁਸਚਿਤ ਜਾਤੀ ਜਿਹੜੀ ਹੈ ਨਾ ਅਸੀਂ ਇਹਨਾਂ ਨੂੰ ਉੱਪਰ ਲੈ ਕੇ ਆਣਾ ਜੀ ਉਹਨਾਂ ਦੇ ਤਹਿਤ ਉਹਨਾਂ ਦਾ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਜਿਹਨੇ ਚੰਨਜੀ ਚੰਨੀ ਸਾਹਿਬ ਨੂੰ ਸਾਡਾ ਮੁੱਖ ਮੰਤਰੀ ਬਣਾਇਆ ਔਰ ਚੰਨਜੀ ਚੰਨੀ ਸਾਹਿਬ ਉਹਨਾਂ ਨੇ ਸਾਡਾ ਜਿਹੜਾ ਨਾ ਜਿਹੜੇ ਐਸਸੀ ਸਮਾਜ ਦੇ ਵਿੱਚ ਹੁਣ ਬਹੁਤ ਜ਼ਿਆਦਾ ਕਰੇਜਾ ਉਹ ਚਾਹੁੰਦੇ ਵੀ ਆਉਣ ਵਾਲੇ ਆਉਣ ਵਾਲੇ 5 ਸਾਲਾਂ ਵਿੱਚ ਵੀ ਇਹ ਚੰਨਜੀ ਚੰਨੀ ਹੀ ਸਾਡੇ ਮੁੱਖ ਮੰਤਰੀ ਬਣ ਹੂੰ ਇਦਾਂ ਲੱਗਦਾ ਵੀ ਜਿਵੇਂ ਰਾਜਿਆਂ ਦੇ ਮਹਿਲ ਦੇ ਵਿੱਚੋਂ ਰਾਜੇ ਦੀ ਕੁਰਸੀ ਬਾਹਰ ਕੱਢ ਕੇ ਆਮ ਲੋਕਾਂ ਦੇ ਹੱਥ ਦੇ ਦੇ ਦਿੱਤੀ ਹੋਵੇ ਜਿਹਦੇ ਉੱਤੇ ਅੱਜ ਚੰਨੀ ਜੀ ਮਾਝੂਗ ਚਰਨਜੀਤ ਸਿੰਘ ਜੀ ਚੰਨੀ ਜੀ ਬਿਰਾਜਮਾਨੇ ਇਦਾਂ ਦਾ ਕੋਈ ਮਾਣ ਮਹਿਸੂਸ ਹੋ ਰਿਹਾ ਤੇ ਨਾਲ ਹੀ ਇੱਥੇ ਇਹ ਕਮਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੰਬੋਧਨ ਦੇ ਵਿੱਚ ਆਪ ਕਿਹਾ ਕਿ ਉਹਨਾਂ ਦੇ ਕੋਲੋਂ ਜਹਾਜ਼ਾਂ ਦੀਆਂ ਚਾਬੀਆਂ ਫੜੀਆਂ ਤੇ ਜਹਾਜ਼ ਹੁਣ ਆਮ ਮਹੱਲਿਆਂ ਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਮੈਂ ਇੱਕ ਦਿਨ ਮੈਂ ਆਪਣੇ ਮਹੱਲੇ ਦੇ ਨਿਆਣਿਆਂ ਨੂੰ ਕਹਿੰਦਾ ਵੀ ਜਹਾਜ਼ ਚੜਜੋ ਇਹ ਤੁਹਾਡਾ ਹੀ ਆ ਤੇ ਉਦੋਂ ਕਿੰਨਾ ਫਿਰ ਮਾਣ ਮਹਿਸੂਸ ਹੋਇਆ ਤੁਹਾਨੂੰ ਬਹੁਤ ਜ਼ਿਆਦਾ ਮਾਨਸ ਬਹੁਤ ਜ਼ਿਆਦਾ ਇੱਕ ਵਾਰੀ ਪਹਿਲੀ ਵਾਰ ਹੀ ਦੇਖਿਆ ਜਿਹੜਾ ਇੱਕ ਆਮ ਆਮ ਇਨਸਾਨ ਜਿਹੜਾ ਆਮ ਇਨਸਾਨ ਹੈ ਇਹਨੂੰ ਕਹਿੰਦੇ ਆਮ ਆਦਮੀ ਹੂੰ ਇਸ ਇਨਸਾਨ ਨੇ ਆਪਣੇ ਬੱਚੇ ਨੂੰ ਝੂਟੇ ਦਿੱਤੇ ਹੈਲੀਕਾਪਟਰ ਦੇ ਵਿੱਚ ਹੂੰ ਫਿਰ ਉਹਨਾਂ ਨੇ ਆਪਣੇ ਜਿਹੜਾ ਵੀਆਈਪੀ ਕਲਚਰ ਖਤਮ ਕਰ ਦਿੱਤਾ ਹਾਂ ਇਹਨੇ ਆਪਣੇ ਸਿਕਿਉਰਿਟੀ ਸੀਗੀ ਉਹ ਕਹਿੰਦਾ ਮੈਨੂੰ ਲੋੜ ਨਹੀਂ ਜੰਨੇ ਮੈਨੂੰ ਮਾਰਨਾ ਮਾਰ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਹਾਂ ਪਾਰਟੀ ਭਾਵੇਂ ਕੋਈ ਵੀ ਹੋਵੇ ਜਿਵੇਂ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਕਹਿੰਦੇ ਸੀ ਕਿ ਧੁਗੀਆਂ ਦੀਆਂ ਦੀਵਾਰਾਂ ਤੇ ਲਿਖ ਲੋ ਕਿ ਦੇਸ਼ ਦੇ ਰਾਜੇ ਬਣਨਾ ਹੁਕਮਰਾਨ ਬਣਨਾ ਲੱਗਦਾ ਕਿ ਹੁਣ ਉਹ ਆਮ ਲੋਕਾਂ ਦੀ ਹੁਣ ਵਾਰੀ ਆ ਗਈ ਹੈ ਤੇ ਇਹ ਜਿਹੜੀ ਅਸਲ ਦੇ ਵਿੱਚ ਆਮ ਲੋਕਾਂ ਨੂੰ ਜਾਣਕਾਰੀ ਵੀ ਮਿਲ ਗਈ ਹੈ ਤੇ ਉਹਨਾਂ ਨੂੰ ਗਿਆਨ ਵੀ ਪ੍ਰਾਪਤ ਹੋ ਗਿਆ ਕਿ ਅਸੀਂ ਵੀ ਰਾਜੇ ਬਣ ਸਕਦੇ ਹਾਂ ਇਕੱਲੇ ਹੀ ਰਾਣੀਆਂ ਦੇ ਪੇਟੋਂ ਨਹੀਂ ਜੰਮਦੇ ਤੇ ਅਸੀਂ ਵੀ ਬਣ ਸਕਦੇ ਹਾਂ ਇਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਿਲਕੁਲ ਜੀ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਜੀ ਹੁਣ ਹਰੇਕ ਬੰਦਾ ਸੋਚ ਸਕਦਾ ਕਿ ਮੈਂ ਐਮਐਲਏ ਬਣ ਸਕਦਾ ਮੈਂ ਵੀ ਕਿਉਂ ਮੇਰਾ ਡੈਡੀ ਜੁੱਤੀਆਂ ਘੜਦਾ ਹੁੰਦਾ ਸੀ 2002 ਦੀ ਗੱਲ ਹੈ ਜਿੱਥੇ ਹਾਂ ਠੀਕ ਹੈ ਜੀ ਮੇਰਾ ਮੇਰਾ ਚਾਚਾ ਜੀ ਹੁਣ ਵੀ ਜੁੱਤੀਆਂ ਘੜਦੇ ਆ ਠੀਕ ਹੈ ਨਾ ਅਸੀਂ ਵੀ ਇਥੋਂ ਗਰੀਬੀ ਚ ਅਤਿ ਗਰੀਬੀ ਦੇਖੀ ਆ ਪਰ ਕਦੀ ਨਹੀਂ ਸੋਚਿਆ ਸੀਗਾ ਬਈ ਕਿ ਅਸੀਂ ਐਮਐਲਏ ਦੀ ਸੀਟ ਦੇ ਦਾਵੀਦਾਰ ਕਰਾਂਗੇ ਪਰ ਮੈਂ ਆਪਣੇ ਚੰਡੀਗੜ੍ਹ ਕੀਤਾ ਮੈਂ ਕਿਹਾ ਮੈਨੂੰ ਹੁਕਮ ਲੱਗਾ ਵੀ ਤੁਸੀਂ ਅਪਲਾਈ ਕਰੋ ਟਿਕਟ ਮੈਂ ਕਿਹਾ ਮੈਨੂੰ ਤਾਂ ਟਿਕਟ ਕਿੱਥੇ ਮਿਲ ਜਾਏਗੀ ਇਹਨੇ ਚੰਨੀ ਸਾਹਿਬ ਨੇ ਸੋਚਿਆ ਕਿ ਕਦੇ ਮੁੱਖ ਮੰਤਰੀ ਬਣ ਜਾਊਗਾ ਫਿਰ ਮੈਂ ਉਸ ਆਪਣਾ ਟਿਕਟ ਅਪਲਾਈ ਕੀਤੀ ਮੈਨੂੰ ਉਹਨੂੰ ਮੈਨੂੰ ਬੜਾ ਹੌਸਲਾ ਮਿਲਿਆ ਵੀ ਟਿਕਟ ਜੇ ਨੂੰ ਮਿਲਣੀ ਇੱਕ ਬੰਦੇ ਨੂੰ ਮਿਲਣੀ ਹੈ ਠੀਕ ਹੈ ਜੀ ਉਹ ਜੇ ਨੂੰ ਮਿਲੇਗੀ ਉਹ ਚਲੋ ਅਸੀਂ ਉਹਦੇ ਨਾਲ ਪਰ ਇਹ ਆ ਵੀ ਸਾਨੂੰ ਇੱਕ ਇੰਨਾ ਹੀ ਬਹੁਤ ਆ ਵੀ ਸਾਨੂੰ ਇੱਕ ਮਾਣ ਮਿਲ ਗਿਆ ਸੀ ਐਮਐਲਏ ਦੇ ਟਿਕਟ ਦੇ ਦਾਵੇਦਾਰ ਬਣ ਸਕਦੇ ਦਾਵੇਦਾਰੀ ਦੇ ਨਾਲ ਵੀ ਫੀਲਿੰਗ ਆ ਰਹੀ ਆ ਮੰਨ ਲਓ ਕਿ ਮੈਨੂੰ ਟਿਕਟ ਮਿਲ ਜਾਂਦੀ ਹੈ ਤੇ ਮੰਨ ਲਓ ਮੈਂ ਐਮਐਲਏ ਬਣ ਗਿਆ ਮੰਨ ਲਓ ਮੈਂ ਵਜੀਰ ਬਣ ਗਿਆ ਮੰਨ ਲਓ ਮੈਂ ਵਿਧਾਨ ਸਭਾ ਦੇ ਵਿੱਚ ਬੈਠ ਕੇ ਆ ਤੇ ਸਾਹਮਣੇ ਆਪਣੀ ਮੈਂ ਗੱਲ ਰੱਖ ਰਿਹਾ ਹਲਕਾ ਫਲੋਰ ਦੀ ਉਸ ਜਗ੍ਹਾ ਤੇ ਬੈਠ ਕੇ ਤੁਸੀਂ ਹਲਕਾ ਫਲੋਰ ਦੀ ਕਿਹੜੀ ਇਦਾਂ ਦੀ ਗੱਲ ਰੱਖੋਗੇ ਆਮ ਲੋਕਾਂ ਦੀ ਕਿਹੜੀ ਸਮੱਸਿਆ ਲੈ ਕੇ ਆਉਂਗੇ ਇਹ ਜਿਹਦੇ ਨਾਲ ਲੋਕ ਕਹਿਣਗੇ ਸਾਡਾ ਐਮਐਲਏ ਜਿਵੇਂ ਤੁਸੀਂ ਕਹਿ ਰਹੇ ਕਿ ਸਾਡਾ ਚੰਨੀ ਮੈਂ ਸਰ ਤੁਹਾਨੂੰ ਇੱਕ ਸਾਡੇ ਦੱਸਦਾ ਨਾ ਇਹ ਸਾਡੇ ਹਲਕਾ ਅੱਪਰਾ ਜਿਹੜਾ ਸਾਡਾ ਅੱਪਰੇ ਦੇ ਵਿੱਚ ਸਾਡੇ ਸਮੱਸਿਆਵਾਂ ਸਾਡੇ ਬਹੁਤ ਮਸਲੇ ਹੱਲ ਹੋਏ ਆ ਪਰ ਸਾਡਾ ਉਪਰਾ ਜਿਹੜਾ ਇੱਥੇ ਸਾਡੇ ਇੱਕ ਕਾਲਜ ਦੀ ਘਾਟ ਆ ਠੀਕ ਆ ਹਸਪੀਟਲ ਦੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਆਲੇ ਦੁਆਲੇ 50 ਪਿੰਡ ਜਿਹੜੇ ਹੈਗੇ ਆ ਨਾ 25 30 ਪਿੰਡ ਤੇ ਹਸਪੀਟਲ ਦੀ ਬਹੁਤ ਜ਼ਿਆਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਸਪੀਟਲ ਉੱਪਰ ਦਾ ਬਣਾਇਆ ਜਾਵੇ ਇੱਥੇ ਕਾਲਜ ਕਾਲਜ ਹੋਵੇ ਔਰ ਬਾਕੀ ਹੋਰ ਵੀ ਜੋ ਸਾਡੇ ਕੋਈ ਇੱਥੇ ਕੋਈ ਆਈਟੀਆਈ ਸੈਂਟਰ ਹੋਣਾ ਚਾਹੀਦਾ ਬੱਚਿਆਂ ਨੂੰ ਟ੍ਰੇਨਿੰਗ ਦੇਈਏ ਅਸੀਂ ਪੜਾਈ ਲਿਖਾਈ ਕਰਿਆ ਅਸੀਂ ਉਸ ਬਾਰੇ ਸਾਰੇ ਇੱਥੇ ਕਰਾਂਗੇ ਜੋ ਜਿੱਦਾਂ ਹੁਣ ਸਾਡੇ ਹੁਣ ਮੇਰੇ ਕੋ 4-5 ਬੰਦੇ ਆਏ ਸੀ ਕਿ ਹਸਪਤਾਲ ਵਿੱਚ ਡੰਗਰਾਂ ਦਾ ਹਸਪੀਟਲ ਹੈ ਜ ਉੱਥੇ ਡਾਕਟਰ ਨਹੀਂ ਹੈਗੇ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਜਿਹੜਾ ਨਾ ਡਾਕਟਰ ਵੀ ਉੱਥੇ ਆਣ ਤੇ ਹਸਪੀਟਲਾਂ ਵਿੱਚ ਵੀ ਇੱਥੇ ਡਾਕਟਰ ਆਉਣ ਸਾਡੇ ਜਿਹੜੇ ਨਾ ਕਿਥੇ ਹਸਪੀਟਲ ਦੀ ਕਮੀ ਆ ਇਸੇ ਸਾਡੇ ਪਿੰਡ ਨਾਲੇ ਮੂਰੂ ਆ ਉਹਨਾਂ ਦੇ ਮੇਰੇ ਕੋਲ ਬੰਦੇ ਆਏ ਸੀਗੇ ਉਹਨਾਂ ਦੀ ਵੀ ਕਈ ਸਮੱਸਿਆਵਾਂ ਹੈਗੇ ਅਸੀਂ ਆਲੇ ਦੁਆਲੇ ਸਾਡੇ ਜਿੰਨੀਆਂ ਵੀ ਸਮੱਸਿਆਵਾਂ ਅਸੀਂ ਦੂਰ ਕਰਾਂਗੇ ਉਹਦੀਆਂ ਇਹ ਅਸੀਂ ਆਪਣੇ ਹਲਕੇ ਦੇ ਵਿੱਚ ਤੇ ਲੱਗਿਆ ਗਿਆ ਸਾਡਾ ਜੇ ਆਪਣੇ ਤੋਂ ਸਾਡਾ ਕੋਈ ਐਮਐਲਏ ਸੀ ਇੱਥੇ ਬਣਦੇ ਐ ਅਸੀਂ ਜੇ ਬਣਦੇ ਆ ਨਾ ਤੇ ਇਹ ਆ ਵੀ ਸਾਡੇ ਆਲੇ ਦੁਆਲੇ ਹਲਕੇ ਦੇ ਵਿੱਚ ਸਾਨੂੰ ਕਿਸੇ ਨੂੰ 24 ਘੰਟੇ ਸਾਡੇ ਕੋ ਆ ਸਕਦਾ ਹੂੰ ਦਰਵਾਜ਼ੇ ਖੁੱਲੇ ਹੋ ਗਏ ਸੀ ਆਪਣਾ ਘਰ ਹੋਗਾ ਜੀ ਚਾਹ ਕਿ ਕਿਸੇ ਤੋਂ ਇਹ ਨਹੀਂ ਵੀ ਕਿਸੇ ਕੋਈ ਮੰਦੇ ਨੂੰ ਸਵੇਰ ਨੂੰ ਵੇਟ ਕਰੋਗੇ ਜਾਂ ਸ਼ਾਮ ਨੂੰ ਵੇਟ ਕਰੋਗੇ ਉੱਥੇ ਅਸੀਂ ਹਰ ਹਰਦਮ ਹਾਜ਼ਰ ਰਹਾਂਗੇ ਜਿੱਦਾਂ ਤੁਸੀਂ ਵੇਟ ਕਰਨ ਦੀ ਗੱਲ ਕੀਤੀ ਹੈ ਵੇਟ ਕਰਨੀ ਵੀ ਪੈਂਦੀ ਹੁਣ ਕਿਸੇ ਕਈ ਟਮ ਕਰਨੀ ਪੈਂਦੀ ਹੈ ਕੋਈ ਸ਼ੱਕ ਨਹੀਂ ਹਾਂ ਹੈ ਇਸ ਗੱਲ ਵੀ ਜਿਵੇਂ ਹੁਣ ਮੌਜੂਦਾ ਨਹੀਂ ਨਹੀਂ ਮੌਜੂਦਾ ਦੀ ਸਾਡੇ ਸਾਡੇ ਖੈਰਾ ਸਾਹਿਬ ਹੂੰ ਉਹ ਤਾਂ ਐਮਐਲਏ ਸਾਡੇ ਤਾਂ ਹਲਕਾ ਇੰਚਾਰ ਸਾਡੇ ਚੌਦੀ ਸੰਤੋਖ ਸਿੰਘ ਐਮਪੀ ਸਾਹਿਬ ਆ ਇੰਤਜ਼ਾਰ ਕਰਨਾ ਪੈਂਦਾ ਇੰਤਜ਼ਾਰ ਨਹੀਂ ਸਾਡੇ ਚੌਈ ਸਾਹਿਬ ਤਾਂ ਬਹੁਤ ਵਧੀਆ ਕੰਮ ਕਰ ਰਹੇ ਯਾਰ ਹੂੰ ਉਹ ਤਾਂ ਜਿੰਨੀਆਂ ਵੀ ਸਮੱਸਿਆਵਾਂ ਚੌਦੀ ਸੰਤੋਖ ਸਿੰਘ ਉਨੇ ਸਾਨੂੰ ਉੱਪਰੇ ਨੂੰ ਕਰਵੇਂ 1.5 ਕਰੋੜ ਰੁਪਏ ਪਰੇ ਨੂੰ ਦਿੱਤਾ ਜੀ ਹੂੰ 1.5 ਕਰੋੜ ਰੁਪਏ ਪਰੇ ਤੱਕ ਦੇ ਚੁੱਕੇ ਹੈ ਜੀ ਉਹ ਠੀਕ ਹੈ ਤੇ ਤੁਸੀਂ ਆਸ ਰੱਖਦੇ ਹੋ ਕਿ ਤੁਹਾਨੂੰ ਟਿਕਟ ਮਿਲ ਜੇਗੀ ਤੇ ਤੁਸੀਂ ਐਮਐਲਏ ਬਣੋਗੇ ਤੁਸੀਂ ਵਜ਼ੀਰ ਬਣੋਗੇ ਵਿਧਾਨ ਸਭਾ ਦੇ ਵਿੱਚ ਜਾ ਕੇ ਠਾ ਠਾ ਆਪਣੀ ਗੱਲ ਰੱਖੋਗੇ ਬਿਲਕੁਲ ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਸਾਡੀਆਂ ਸ਼ੁਭ ਇਸ਼ਾਅਮਾਂ ਤੁਹਾਡੇ ਨਾਲ ਨੇ ਤੇ ਜਿੰਨਾ ਜਿਵੇਂ ਤੁਸੀਂ ਦੇਖਿਆ ਕਿ ਸੋਮਦਤ ਸੋਮੀ ਜਿਹੜੇ ਅਪਰਾ ਤੋਂ ਨੇ ਔਰ ਇਹਨਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਸਮਾਂ ਦੱਸੇਗਾ ਇਹਨਾਂ ਦੀ ਪਾਰਟੀ ਦੀ ਹਾਈ ਕਮਾਂਡ ਜਿਹੜੀ ਆ ਉਹ ਕੇਸ ਕੈਂਡੀਡੇਟ ਕਿਨੂੰ ਉਮੀਦਵਾਰ ਐਲਾਨ ਦੀ ਆ ਔਰ ਲੋਕ ਫਿਰ ਉਹ ਕਿਨੂੰ ਐਮਐਲਏ ਬਣਾਉਂਦੇ ਨੇ ਸਮਾਂ ਦੱਸੇਗਾ ਪਰ ਇਹ ਹੈ ਕਿ ਲੋਕਤੰਤਰ ਦੇਸ਼ ਹੈ ਹਰ ਇੱਕ ਨੂੰ ਆਪਣੀ ਆਜ਼ਾਦੀ ਹੈ ਆਪਣੀ ਗੱਲ ਰੱਖਣ ਦੀ ਆਪਣੀ ਦਾਵੇਦਾਰੀ ਪੇਸ਼ ਕਰਨ ਦੀ ਤੇ ਆਪਣੀ ਵੋਟ ਪਾਉਣ ਦੀ ਬਹੁਤ ਜ਼ਿਆਦਾ ਸਮਾਂ ਦੂਰ ਨਹੀਂ ਹੈ ਸਿਰਫ 2.5 ਮਹੀਨੇ ਤੱਕ ਸਾਰਾ ਹੀ ਰਿਜ਼ਲਟ ਸਾਹਮਣੇ ਆ ਜਾਏਗਾ ਕਿ ਨਵੀਂ ਸਰਕਾਰ ਬਣੇਗੀ ਐ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਇਹ ਸ਼ੋਮਦਾਤ ਸ਼ੋਮੀ ਜੀ ਤੇ ਨਾਲ ਜਿਹੜੇ ਉਮੀਦਵਾਰ ਵਾਕੀ ਵੀ ਜਿਹੜੇ ਦਾਬੀਦਾਰੀਆਂ ਪੇਸ਼ ਕਰ ਰਹੇ ਨੇ ਉਹਨਾਂ ਨੂੰ ਵੀ ਤੁਹਾਨੂੰ ਮਿਲਾਉਂਦੇ ਆ ਆਓ ਥੋੜੀ